زدت أنا طريقة جيكان جيكان تري ده ما تبلي بلي 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 سب كذي تي هي سب إنا دي إنا ده كرم هاي جو إنا نه كرم كيتا هاي كي كرم بي إنا ته هوندا هاي جدا سچي دلو نو ياد كرده سچي دلو ته هوندا كرم بي إنا ته ਕਿ ਜੀਵ ਜਦੋਂ ਮੁਰਸ਼ਿਦ ਮਿਹਰਬਾਨ ਹੁੰਦਾ ਤੇ ਵਾਜਾ ਮਾਰ ਮੁਰੀਦ ਨੂੰ ਸੱਦਦਾ ਹੈ ਇੱਕ ਵਾਰੀ ਯਾਦ ਤਾਂ ਕਰਕੇ ਦੇਖੋ ਉਹ ਖੁਦ ਹੀ ਬੁਲਾ ਲੈਂਦਾ ਹੈ ਕਿ ਜੀਵ ਜਦੋਂ ਮੁਰਸ਼ਿਦ ਮਿਹਰਬਾਨ ਹੁੰਦਾ ਤੇ ਵਾਜਾ ਮਾਰ ਮੁਰੀਦ ਨੂੰ ਸੱਦਦਾ ਹੈ ਬੜੇ ਪਿਆਰ ਦੇ ਨਾਲ ਹੈ ਬਾਹ ਫੜਦਾ ਤੇ ਉਹਨੂੰ ਪਾਰ ਲੰਘਾ ਕੇ ਛੱਡਦਾ ਹੈ ਤੀਰ ਛੱਡਦਾ ਗਿਆਨ ਗੁਮਾਨ ਵਾਲੇ ਤੀਰ ਛੱਡਦਾ ਗਿਆਨ ਗੁਮਾਨ ਵਾਲੇ ਤੇ ਭਰਮ ਦਿਲ ਵਾਲੇ ਸਾਰੇ ਕੱਢਦਾ ਹੈ ਚੋਰਾ ਕੁੱਤਰ ਕਰੇ ਮੇਰਾ ਹਜ਼ਰ ਸ਼ੇਖ مرشد روپ دیوانے دا دل ہے تے مرشد روپ دیوانے دا تے توار اپنے اپنے مرشداں دی جو کر تاڑی ہونی چاہیے او تیری فرمائش تے مر پا میرا مرشد نہ جے پا دے ہاں ਜੇ ਤੂੰ ਗੁਲੇ ਹੱਥ ਜੇ ਨਹੀਂ ਖੱਟਿਆ ਜੇ ਤੂੰ
ਸਾਡਾ ਯਾਰ ਹੈ ਅਸੀਂ ਇਹਦੇ ਆਸ਼ਿਕ ਹਾਂ ਐਵੇਂ ਨਹੀਂ ਅਸੀਂ ਰਾਤ ਜਾਗਦੇ ਹਾਂ ਸਾਨੂੰ ਇਹਦੇ ਨਾਲ ਪਿਆਰ ਹੈ ਇਸੇ ਕਰਕੇ ਜੀ ਬੈਠੇ ਹਾਂ ਕਦੇ ਤਾਂ ਖੈਰ ਪਾਏਗਾ ਹੀ ਜਿੰਨੇ ਮੁਰੀਦ ਆਏ ਸਾਡੀ ਇਹ ਹੋਏ ਅਰਦਾਸ ਹੈ ਸਭ ਦੀਆਂ ਚੁਣੀਆਂ ਭਰ ਕੇ ਜਾਣ ਦਾਤਾ ਦੇ ਦਰਬਾਰ ਗੁਰੂ ਸਾਹਿਬ ਜੀ ਮੁਰੇ ਯਾਰ ਹੋਵੇ ਲਜਪਾਲ ਹੋਵੇ ਤਦ ਯਾਰੀ ਲਾਵਣ ਚਸੇ ਹੈ ਉਹ ਕਾਫਰ ਹੈ ਜਿਹੜਾ ਲਾ ਕੇ ਯਾਰੀ ਪਿੱਛੋਂ ਆ ਕੇ ਮੇਰੀ ਸੋਨਾ ਯਾਰ ਮਿਲੇ ਤਦ ਸਿਰ ਦੇ ਹੁਣ ਕੀ ਕਸੀ ਸਿਰ ਦੇ ਵੀ ਤੇ ਨਾ ਪਾ ਨਾ ਮੰਗੀ ਇਹੋ ਪੀਰ ਫਰੀਦ ਦਾ ਪਿਆਰ ਲਜਪਾਲ ਮੇਰਾ ਮੁਰਸ਼ਦ ਲਜਪਾਲ ਮੇਰਾ
Oh!
Thank you.
سميتك حاضرين نريندر نے شاد قوال پارٹی والو قبول کریں واری واری ساڈی ماتا جی پشپا رانی جی ایک بار اینا واسطے تاڑیاں لاؤ تاڑیاں کھل کے لا دے کرو ایسے پاویں دیو پاویں دیو پاویں ایویں نہ دیو ਤੁਹਾਡੀ ਮਰਜ਼ੀ ਤੁਸੀਂ ਜਿੰਨੇ ਮਰਜ਼ੀ ਦੇ ਪੈਸਿਆਂ ਨੂੰ ਕੋਈ ਨਾ ਕਰਦਾ ਬਾਬਾ ਜੀ ਕੋਈ ਨਹੀਂ ਕਰਦਾ ਕਿਉਂਕਿ ਇਹਨਾਂ ਵਾਸਤੇ ਤਾੜੀਆਂ ਖੁੱਲ ਕੇ ਹੋਣੀਆਂ ਚਾਹੀਦੀਆਂ ਕਿਉਂਕਿ ਦਰਬਾਰ ਦੇ ਮਾਤਾ ਜੀ ਬਾਬਾ ਗੋੜ ਕਿਉਂਕਿ ਹਾਂ ਸਹੀ ਹੈ ਬਾਬਾ ਦਰਬਾਰ ਦੇ ਬਾਬਾ ਗੋੜ ਜੀ ਕਿਉਂਕਿ ਉਮਰ ਦਾ ਲਿਹਾਜ਼ ਹੈ ਸੇਵਾ ਜਿਹੜੀ ਹੈ ਸੱਚੇ ਮਨ ਦੇ ਨਾਲ ਜਿਹੜਾ ਇਨਸਾਨ ਦਰਬਾਰ ਤੇ ਸੇਵਾ ਕਰਦਾ ਹਾਂਜੀ ਹਾਂਜੀ ਤਾੜੀ ਆਈ ਹਾਜ਼ਰ ਵਾਹੀ ਦੇਰ ਆਏ ਦੋਸਤਾਂ ਔਰ ਮਾਤਾ ਜੀ ਦਾ ਮਾਨ ਸਨਮਾਨ ਮਾਤਾ ਜੀ ਇੱਧਰ ਦੇਖ ਲਓ ਪੋਪਲ ਡਿਜੀਟਲ ਸਟੂਡੀਓ ਜਿਨ੍ਹਾਂ ਨੇ ਅੱਜ ਦੇ ਇਸ ਮਹਿਫਲ ਦੀ ਬਹੁਤ ਅੱਛੀ ਵੀਡੀਓਗ੍ਰਾਫੀ ਕੀਤੀ ਹੈ ਇਹਨਾਂ ਦੀ ਬਣਾਈ ਹੋਈ ਵੀਡੀਓ ਤੁਸੀਂ ਚਾਹੇ 20 ਸਾਲ ਬਾਅਦ ਵੀ ਦੇਖ ਲਓ ਤੇ ਬੰਦਾ ਉਦਾਂ ਦਾ ਉਦਾਂ ਹੀ ਨਜ਼ਰ ਆਉਂਦਾ ਹੈ ਇਹ ਚਿਹਰੇ ਜਦੋਂ ਖੁਸ਼ ਹੁੰਦੇ ਨੇ ਨਾ ਉਹ ਮਾਲਕ ਨੂੰ ਵੀ ਅੱਛਾ ਲੱਗਦਾ ਕਿਉਂਕਿ ਉਸ ਮਾਲਕ ਦੇ ਬੱਚੇ ਜਦੋਂ ਖੁਸ਼ ਨਜ਼ਰ ਆਉਂਦੇ ਤੇ ਫਿਰ ਮਾਲਕ ਵੀ ਖੁਸ਼ ਹੋ ਜਾਂਦਾ ਜਦੋਂ ਬੱਚੇ ਉਸ ਮਾਲਕ ਦੇ ਮਹਾਰਾਣੀ ਦੀਆਂ ਧੀਆਂ ਖੁਸ਼ ਰਹਿੰਦੀਆਂ ਨੇ ਕਿਉਂਕਿ ਖੁਸ਼ੀ ਭਗਤ ਅਸ਼ਵਨੀ ਕੁਮਾਰ ਜੀ ਔਰ ਯੋਗੇਸ਼ ਬਾਬਾ ਜੀ ਵੱਲੋਂ ਔਰ ਤਮਾਮ ਕਲੱਬ ਦੇ ਸੇਵਾਦਾਰਾਂ ਵੱਲੋਂ ਆਪਾਂ ਜੀ ਥੋੜਾ ਥੋੜਾ ਅੱਗੇ ਨੂੰ ਆ ਜਾਓ ਕੈਮਰਾ ਬਹੁਤ ਵੱਡਾ ਉਹਨਾਂ ਕੋਲ ਬੋਲੀ ਸੱਚੇ ਦਰਬਾਰ ਕੀ ਹਾਂ ਇਹ ਉਹਨਾਂ ਦੀ ਜਿਉਂਤ ਹੈ ਹਾਂਜੀ ਹਾਂਜੀ ਇਹ ਛੋਟੀ ਭੈਣ ਨੂੰ ਸਾਡੇ ਵੱਲੋਂ ਦੁਆਵਾਂ ਵਾ ਇਹ ਮਹਾਰਾਣੀ ਦੇ ਚਰਨਾਂ ਦੇ ਇਨਸਾਨ ਦਾ ਬਚਪਨ ਤੋਂ ਲੈ ਕੇ ਜਦ ਤੱਕ ਨਹੀਂ ਹੁੰਦਾ ਉਹ ਕੰਮ ਉਦ ਤੱਕ ਸਿੱਖੀ ਜਾਂਦਾ ਸਿੱਖਣ ਦੀ ਕੋਈ ਉਮਰ ਨਹੀਂ ਹਾਂ ਕਈ ਸ਼ੁਕਰਾਨਾ ਸਾਰੀ ਹੀ ਸੰਗਤ ਦਾ ਕਿਉਂਕਿ ਸੰਗਤ ਸਾਧ ਸਾਧ ਕਹਿੰਦੇ ਸੀ ਅੱਛਾ ਗੁਰਤੇਜ ਭਾਜੀ ਹੈਲੋ ਮੈਂ ਬਾਬਾ ਜੀ ਤੁਹਾਡਾ ਪੋਸਟਰ ਜਿਹੜਾ ਸੀਗਾ ਨਾ ਰਾਤੀ ਆਪਣੇ ਵਟਸਐਪ ਤੇ ਸ਼ੇਅਰ ਕੀਤਾ ਨਾਲ ਹੀ ਉਹ ਭਾਜੀ ਪਿੱਛੇ ਬੈਠੇ ਉਹ ਦੇਖੋ ਜਿਹੜੇ ਹੈਂਡੀ ਕਹਿੰਦੇ ਨੇ ਕਿ ਉਹਨਾਂ ਨੂੰ ਪਤਾ ਵੀ ਅੱਧੀ ਰਾਤ ਨੂੰ ਉੱਠ ਕੇ ਜਦੋਂ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਆਏ ਹੁੰਦੇ ਆਪਣੇ ਮਾਲਕ ਦੇ ਪ੍ਰਤੀ ਫਿਰ ਉਹਨਾਂ ਨੂੰ ਪਤਾ ਵੀ ਜਿਸ ਤਨ ਲਾਗੇ ਸੋ ਤਨ ਜਾਣੇ ਦੁਨੀਆਦਾਰ ਤਾਂ ਬਾਬਾ ਜੀ ਕਹਿ ਦਿੰਦੀ ਹੈ ਕਿ ਬਾਬਾ ਜੀ ਆਹ ਕੰਮ ਕਰ ਦਿਓ ਕਿਉਂਕਿ ਹੁੰਦਾ ਵੀ ਤਾਂ ਆ ਜੇ ਬਾਬਾ ਜੀ ਨੇ ਇਬਾਦਤ ਕੀਤੀ ਹੈ ਇਬਾਦਤ ਦੇ ਵਿੱਚੋਂ ਵੱਡਦੇ ਆ ਜਦੋਂ ਇਹ ਤੁਸੀਂ ਜਿੰਨੀ ਵੀ ਸੰਗਤ ਦਰਬਾਰ ਦੇ ਵਿੱਚ ਬੈਠੇ ਹੋ ਤੁਹਾਡੇ ਸਹਿਯੋਗ ਦੇ ਨਾਲ ਬਾਬਾ ਜੀ ਨੇ ਕਿਹਾ ਇਹ ਮੇਲਾ ਹੋ ਰਿਹਾ ਇਹ ਸਹਿਯੋਗ ਇੰਨਾ ਹੀ ਤੁਸੀਂ ਕਰਦੇ ਰਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਇਕੱਠਾ ਕਰਨਾ ਨਹੀਂ ਜਿੰਨਾ ਵੀ ਤੁਹਾਡੇ ਕੋਲ ਹੋਵੋ ਸੇਵਾ ਤਨ ਮਨ ਧਨ ਦੇ ਨਾਲ ਹੁੰਦੀ ਹੈ ਜੇ ਜ਼ਰੂਰੀ ਨਹੀਂ ਜੇ ਤੁਹਾਡੇ ਕੋਲ ਤਨ ਨਹੀਂ ਹੈਗਾ ਨਾ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇ ਤੁਸੀਂ ਆਪਣੇ ਸਰੀਰ ਦੇ ਨਾਲ ਸੇਵਾ ਕਰ ਸਕਦੇ ਹੋ ਤਨ ਮਨ ਧਨ ਦੇ ਨਾਲ ਦਰਬਾਰਾਂ ਦੇ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਇਨਸਾਨ ਕਦੀ ਵੀ ਦਰਬਾਰ ਤੇ ਜਾਵੇ ਦਿਲ ਸਾਫ਼ ਰੱਖ ਕੇ ਜਾਵੇ ਇਹ ਨਾ ਸੋਚ ਕੇ ਜਾਵੇ ਕਿ ਮੈਂ ਲੰਗਰ ਲਾਇਆ ਕਈ ਬਾਬਾ ਜੀ ਕਈਆਂ ਦੇ ਦਿਲ 'ਚ ਆ ਜਾਂਦਾ ਕੀ ਕਹਿ ਦਿੰਦੇ ਆ ਚਾਹ ਵਾਲਾ ਲੰਗਰ ਮੇਰੇ ਵੱਲੋਂ ਬਾਬਾ ਜੀ ਪਰ ਕਦੇ ਨਹੀਂ ਇੱਦਾਂ ਕਹਿਣਾ ਚਾਹੀਦਾ ਕਿਉਂਕਿ ਉਹਦਾ ਉਹਨੇ ਹੀ ਦੇਣਾ ਜੋ ਚਾਹਵੇ ਤੇ ਬਹੁਤ ਕੁਛ ਕਰ ਸਕਦਾ ਹੈ ਕਿਉਂਕਿ ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ ਕਿ ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ ਕਿ ਤੂੰ ਜਹਾਨ ਤੋਂ ਕੀ ਲੈਣਾ ਜੇ ਤੈਨੂੰ ਯਾਰ ਚਾਹੀਦਾ ਕਿ ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ ਕਿ ਤੂੰ ਜਹਾਨ ਤੋਂ ਕੀ ਲੈਣਾ ਜੇ ਤੈਨੂੰ ਯਾਰ ਚਾਹੀਦਾ ਕਿ ਯਾਰ ਯਾਦ ਰਵੇ ਕਿ ਭੁੱਲ ਜਾਣ ਦਾ ਕੀ ਕੰਮ ਇਸ ਸਰ ਨੂੰ ਇਸ ਦਰਬਾਰ ਤੇ ਝੁਕਾਣਾ ਇੱਕ ਵਾਰ ਚਾਹੀਦਾ ਕਿ ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ ਅੱਛਾ ਮੇਰਾ ਠੀਕ ਹੈ ਜੀ
ਮੇਰੇ ਨਾਮ ਤੇ ਤਾੜੀਆਂ ਕੋਈ ਨਾ ਲਾਓ ਵਾਲੀ ਵਾਲੀ ਇੰਨੀ ਉੱਚੀ ਨਾ ਬੋਲੋ ਸਰਦਾਰ ਕਿਤੇ ਸੁਣ ਲੈ ਜੇ ਸਰਦਾਰ ਨੇ ਸੁਣ ਲਿਆ ਤੇ ਬੇੜਾ ਪਾਰ ਹੋ ਜਾਣਾ ਸ਼ਰਧਾ ਭਾਵਨਾ ਦੇ ਨਾਲ ਬੋਲੋ ਜੈ ਸਾਈਆਂ ਦੀ ਹੈ ਸਾਈਆਂ ਦੀ ਰਹਿ ਸਾਈਆਂ ਦੀ ਇਹ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਤੁਸੀਂ ਆਏ ਕਿ ਉਹਨਾਂ ਨੇ ਬੁਲਾਇਆ ਤੁਸੀਂ ਤਾਂ ਆਏ ਹੋ ਇਹ ਵੀ ਜੇ ਤੁਹਾਨੂੰ ਕਾਰਡ ਮਿਲੇ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਕਾਰਡ ਨਹੀਂ ਮਿਲੇ ਹੋਏ ਨੇ ਉਹ ਪਹੁੰਚ ਨਹੀਂ ਸਕੇ ਜਦੋਂ ਕਾਰਡ ਮਿਲੇ ਤਾਂ ਵੀ ਆਏ ਹਾਂ ਇਹ ਉਹਨਾਂ ਦੀ ਮਰਜ਼ੀ ਮੁਹੱਲਾ ਨਿਵਾਸੀ ਇਲਾਕਾ ਨਿਵਾਸੀ ਸਾਰੇ ਹੀ ਸੰਗਤ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਦੀ ਇਹ ਜਿਹੜੀ ਮਹਿਫਲ ਹੈ ਸਾਰਿਆਂ ਨੇ ਆਪਣੀ ਆਪਣੀ ਹਾਜ਼ਰੀ ਇਸ ਦਰਬਾਰ ਤੋਂ ਭਰੀ ਹੈ ਸਾਰਿਆਂ ਦੇ ਬਾਬਾ ਜੀ ਵੱਲੋਂ ਇਹ ਸਪੈਸ਼ਲ ਕਿਹਾ ਜਾ ਰਿਹਾ ਕਿ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿੰਨੀ ਵੀ ਸੰਗਤ ਦਰਬਾਰ ਦੇ ਵਿੱਚ ਵਿਰਾਜਮਾਨ ਹੈ ਸਾਰਿਆਂ ਨੂੰ ਅੱਜ ਦੇ ਇਸ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦ ਹੈ ਸਖੀ ਸਰਵਤ ਦਾਤਾ ਜੀ ਦੇ ਦਰਬਾਰ ਦੇ ਜਿੰਨੀ ਵੀ ਸੰਗਤ ਆਈ ਹੈ ਸਾਰਿਆਂ ਨੂੰ ਅੱਜ ਦੇ ਇਸ ਮੇਲੇ ਦੀ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈਆਂ ਸਾਰੇ ਹੀ ਸੇਵਾਦਾਰਾਂ ਨੂੰ ਗੁਰ ਸਾਚੇ ਦਰਬਾਰ ਕੀ ਜੈਕਾਰਾ ਗਿਆਰਵੀਂ ਵਾਲੀ ਸਰਕਾਰ ਦਾ ਜੈਕਾਰਾ ਲੱਖਦਾ ਦਾ ਸੱਚੀ ਸਰਕਾਰ ਦਾ ਸੱਚੇ ਦਰਬਾਰ ਕੀ ਔਰ ਤਰਨ ਭਾਜੀ ਦੇ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਕੀ ਹੈ ਸੋਨਾ ਦੇ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਔਰ ਨਾਲ ਨਾਲ ਰਿਪੋਰਟਰ ਵੀ ਨੇ ਸੋਨਿਆਂ ਦੇ ਵੀ ਸ਼ੁਕਰਗੁਜ਼ਾਰ ਕਰਦੇ ਹਾਂ ਸੋ ਇਸੇ ਦੇ ਨਾਲ ਸਾਰਿਆਂ ਨੂੰ ਜੈ ਸਾਈਆਂ ਦੀ ਜੈ ਮਸਤਾਂ ਦੀ ਜੈ ਵਾਲਿਆਂ ਦੀ ਹਾਂ ਸਵੇਰੇ ਇੱਕ ਅਖਬਾਰ ਦੇ ਵਿੱਚ ਸਭ ਦੀ ਫੋਟੋ ਲੱਗੀ ਹੋਈ ਆਏਗੀ